ਸਵਾਚਾ ਸਾਹਿਬ ਮਾਲਿਕ ਜ਼ਿੰਦਗੀ ਕਰੇ। ਮੈਂ ਉਹਨਾਂ ਕੋਲ ਆਖਾਂ ਬਾਬਾ ਜੀ ਤੁਹਾਨੂੰ ਪਤਾ ਮੈਂ ਅਗਰ ਕਦੀ ਨਾਰਾਜ਼ ਹੋਵਾਂ ਹੀ ਸਹੀ ਤਾਂ ਮੈਂ ਰਾਜ਼ੀ ਕਿਵੇਂ ਹੋਣਾ ਹੈ। ਇਹਦਾ ਮਕਸਦ ਹੈ ਮੈਂ ਨਾਰਾਜ਼ ਹੋਣਾ ਚਾਹੁੰਦਾ ਹੀ ਨਹੀਂ, ਕਿਉਂਕਿ ਮਨਾਉਣ ਦਾ ਤਰੀਕਾ ਮੈਂ ਪਹਿਲੇ ਭਾਈ ਜਾਨ ਮੇਰੇ ਪਾਸ ਵੇਖਣਾ। ਮੈਂ ਗੱਲ ਫਜ਼ੂਲ ਨਹੀਂ ਕਰ ਰਿਹਾ, ਮੈਂ ਕਿਸੇ ਜ਼ਾਕਿਰ ਮੌਲਵੀ ਦੇ ਨਾਰਾਜ਼ ਹੋਵਣ ਅਤੇ ਮਰੀਵਣ ਦੀ ਗੱਲ ਨਹੀਂ ਕਰ ਰਿਹਾ। ਮੈਂ ਕਿਸੇ ਨਬੀ ਦੀ ਗੱਲ ਨਹੀਂ ਕਰ ਰਿਹਾ, ਮੈਂ ਕਿਸੇ ਇਮਾਮ ਦੀ ਗੱਲ। ਭਾਈ ਜਾਨ ਜਿਹੜੇ ਬੰਦੇ ਜਾਗਦੇ ਪਏ ਹੋ, ਕਾਇਨਾਤ ਦਾ ਮਾਲਿਕ ਮੇਰਾ ਕਰੀਮ ਅੱਲਾ ਮੇਰੇ ਮਾਲਿਕ ਪੇ ਫਰਮਾਉਂਦੇ, ਅਗਰ ਕਹੇ ਬੰਦੇ ਨਾਲ ਮੈਂ ਨਾਰਾਜ਼ ਹੋ ਪਵਾਂ ਥੁੱਕ ਪਤਾ ਮੈਂ ਮਨੀਸਾਂ ਕਿਵੇਂ। ਜੇ ਬਿਸਮਿਲ੍ਲਾਹ ਇਨਸ਼ਾਅੱਲਾ ਜ਼ਿੰਦਗੀ ਬਾਕੀ ਤਾਂ ਮੁਹਰਮ ਹੁਕਮ ਦਿੱਤੇ ਮੇਰੇ ਵਾਜਿਬ ਅਲ ਇਤਰਾਮ ਨੇ, ਮੁਹਰਮ ਦੀ ਨੌਕਰੀ ਹੈ ਇੱਥੇ ਇਨਸ਼ਾਅੱਲਾ। ਇਨਸ਼ਾਅੱਲਾ 11 ਤੋਂ 12 ਦੱਸੇ 11 ਤੋਂ 12 ਮੇਰੇ ਬਾਅਦ ਅਲੀ ਨਾਸਰ ਹੁਸੈਨ, ਅਲੀ ਨਾਸਰ ਹੁਸੈਨ ਤਲਿਆੜਾ ਉਹ ਪੜ੍ਹਦੇ ਨੇ। ਠੀਕ ਹੈ, ਹੁਣ ਇਹ ਤਾਂ ਨਹੀਂ ਮੈਂ ਸੋਚਾਂ ਮੈਂ ਮੁਹਰਮ 'ਤੇ ਸੁਣ ਗਿਣ ਸੁਣਾ ਪਏ, ਨਹੀਂ ਹੁਣ ਵੀ ਸੁਣੋ। ਜੀ ਬਿਸਮਿਲ੍ਲਾ ਜੀ, ਬਈ ਬਿਸਮਿਲ੍ਲਾ ਵਜੋ ਹੈ ਸਾਈਂ, ਕੋਈ ਆਪਣੇ ਮਨੀਜਣ ਦੇ ਤਰੀਕੇ ਦਸਾਵੇ ਸਮਝੋ। ਸੁਣਾ ਕਰੀਮ ਅੱਲਾ ਪੈ ਫਰਮਾਉਂਦੇ ਨੇ, ਕਹੇ ਬੰਦੇ ਨਾਲ ਮੈਂ ਅੱਲਾ ਨਾਰਾਜ਼ ਹੋ ਪਵਾਂ ਤੁਹਾਨੂੰ ਪਤਾ ਹੈ ਮੈਂ ਮਨੀਸਾਂ ਕਿਵੇਂ। ਅੱਲਾ ਸੀ ਦੱਸੋ ਤਾਂ ਸਹੀ ਤੁਸੀਂ ਕਿਵੇਂ ਮਨੀਸੋ। ਮਾਲਿਕ ਫਰਮਾਇ ਜੈ ਬੰਦੇ 'ਤੇ ਮੈਂ ਅੱਲਾ ਨਾਰਾਜ਼ ਹੋ ਪਵਾਂ, ਉਹ ਬੰਦਾ ਮੈਂ ਕੋਈ 14 ਦਾ ਵਾਸਤਾ ਦੇ ਸੀ ਤਾਂ ਮੈਂ ਮਨੀ ਪੁੱਛ ਜੇ ਵੀ ਇਹਦਾ ਮਕਸਦ ਹੈ ਅੱਲਾ ਸਾਡੇ ਨਾਲ ਨਾਰਾਜ਼ ਹੋਣਾ ਚਾਹੁੰਦੇ ਨੇ। ਅੱਲਾ ਨਾਰਾਜ਼ ਨਹੀਂ, ਅਸਾਂ ਨਾਰਾਜ਼ ਹੈ ਕੀ ਖਿਆਲ। ਮੈਂ ਕਿ ਅੱਲਾ ਨਾਰਾਜ਼ ਨਹੀਂ ਸਾਡੇ ਨਾਲ, ਅਸੀਂ ਅੱਲਾ ਨਾਲ ਨਾਰਾਜ਼ ਹੈ। ਦਲੀਲ ਦੇਵਾਂ ਜੀ, ਉਹ ਬੈਠੇ ਜਿਹੜੇ ਮੇਰੇ ਦੇਦੇ ਬੈਠੇ, ਅਸਾਂ ਨਾਰਾਜ਼ ਹੈ। ਨਾਰਾਜ਼ ਹੋਣ ਦੀ ਨਿਸ਼ਾਨੀ ਇੱਕ ਨਹੀਂ ਦੋ ਤਿੰਨ, ਕਿਸੇ ਨਾਲ ਬੰਦਾ ਨਾਰਾਜ਼ ਹੋਵੇ ਤਾਂ ਉਹਦੇ ਘਰ ਰਹਿੰਦੇ ਇੰਨਾ ਉਹਦੇ ਨਾਲ ਬੁਲੇਂਦੇ, ਬਲਕਿ ਉਹ ਸੱਡੇ ਵੀ ਤਾਂ ਨਹੀਂ ਵਹਿੰਦਾ। ਜਿਹਨਾਂ ਕੋਲ ਅਜੇ ਹੀ ਸਮਝ ਨਹੀਂ ਆਈ, ਸਾਰੇ ਇੱਕੋ ਜਿਹਾ ਨਹੀਂ ਹੁੰਦੇ, ਸਾਰੇ ਇੱਕੋ ਜਿਹੇ ਨਹੀਂ ਹੋਣਗੇ। ਅਗਰ ਸਾਰੇ ਇੱਕੋ ਜਿਹੇ ਹੋਏ ਨਾ ਤਾਂ ਜਿਹੜੇ ਮੈਦਾਨ ਵਿੱਚ ਮੌਲਾ ਕੋਲ ਕਰ ਤੋਂ ਮਨ ਤੋਂ ਮੌਲਾ ਉਹ ਆ ਗਈ ਬਸ ਇੱਕ ਹੱਥ ਬਦਲ ਗਿਆ। ਹੱਥ ਪਕੜਨ ਦਾ ਮਕਸਦ ਇਹ ਵੇਖੇ ਗੱਲ ਨਹੀਂ ਸੀ ਹੱਥ ਬਦਲੇ ਤੇ ਪਤਾ ਤਾਂ ਲੱਗ ਸੀ ਜੋ ਹੈ ਨਾ ਜਿਹਨਾਂ ਕੋਲ ਅਜੇ ਹੀ ਸਮਝ ਨਹੀਂ ਗਈ ਬਾਜੋ ਤੋ ਪਤਾ ਹੀ ਹੈ ਵੀ ਅੱਲਾ ਦਾ ਘਰ ਹੈ ਜੀ। ਇਹ ਜਿਹੜੀ ਨਮਾਜ਼ ਹੈ ਨਾ, ਇਹ ਅੱਲਾ ਅਤੇ ਬੰਦੇ ਦੇ ਦਰਮਿਆਨ ਸੋਹਣੀ ਸੋਹਣੀ ਗੁਫ਼ਤਗੂ ਦਾ ਨਾਂ ਨਮਾਜ਼ ਹੈ। ਬੰਦੇ ਵਹਿੰਦੇ ਨਹੀਂ, ਬੁਲੇਂਦੇ ਹੀ ਨਹੀਂ, ਬਲਕਿ ਇੱਕ ਦਿਨ 'ਚ ਕਈ ਦਫ਼ਾ ਅੱਲਾ ਦੇ ਘਰ 'ਚ ਆਵਾਜ਼ ਆਉਂਦੀ ਹੈ ਹਈਆ ਅੱਲਾ ਖੈਰ ਇਲ ਅਮਲ, ਉਹ ਛੱਡੇਂਦੇ ਵਹਿੰਦੇ ਹੀ ਨਹੀਂ। ਬਹਰਲ ਇੱਥੇ ਦਾ ਕੰਮ ਹੈ, ਜ਼ਾਕਿਰ ਮੌਲੀ ਦਾ ਕੰਮ ਇਹ ਨਹੀਂ ਤਾਂ ਕੁਛ ਚਾਹ ਕੇ ਮਸਜਿਦ ਵਿੱਚ ਗਿਣ। ਠੀਕ ਹੈ, ਇਹ ਮੈਂ ਤੁਹਾਨੂੰ ਪੈਗਾਮ ਦੇ ਦਿੱਤਾ। ਹੁਣ ਜਿਹੜੀ ਗੱਲ ਮੈਂ ਅਰਜ਼ ਕਰਨਾ ਚਾਹੁੰਦਾ, ਜਿਹੜੀ ਚੀਜ਼ ਮੈਂ ਤੁਹਾਨੂੰ ਮਨਵਾਵਣਾ ਚਾਹੁੰਦਾ, ਉਹ 90% ਲੋਕ ਨਹੀਂ ਮੰਨਦੇ। ਠੀਕ ਹੈ, ਯਾਨੀ 90% ਲੋਕ ਹਰ ਚੀਜ਼ ਅੱਲਾ 'ਤੇ ਰੱਖੀ ਹੋਦੇ।
ਅੱਲਾ ਤੇ ਜਿਵੇਂ ਤੁਹਾਡੀ ਜ਼ਬਾਨੀ 'ਚ ਮੈਂ ਕਹਾਂ ਅੱਲਾ ਤੇ ਥੱਪੀ ਗਏ ਹਨ ਖਾਂ ਖਾਂ, ਜਿਵੇਂ ਅੱਲਾ ਚੱਕਰੇ ਬੰਦਾ ਡੱਠੇ ਜ਼ਖਮੀ ਹੋ ਗਏ ਉਹਨਾਂ ਖਜੀ, ਬਸ ਅੱਲਾ ਦੀ ਮਰਜ਼ੀ ਠੀਕ, ਕੋਈ ਨੁਕਸਾਨ ਹੋ ਗਏ ਬਸ ਅੱਲਾ ਹੀ ਨਹੀਂ ਚਾਹੁੰਦਾ, ਉਹ ਜੀ ਤੂੰ ਬੜਾ ਗਰੀਬ ਹੈ, ਉਹ ਜੀ ਬਸ ਜਿਤਨਾ ਉਸ ਦਿੱਤਾ ਜੀ ਠੀਕ ਹੈ ਜੀ, ਫਲਾਂ ਕੋ ਬਖਤ ਲੱਗ ਗਿਆ ਜੀ ਅੱਲਾ ਬੜਾ ਖੁਸ਼ ਹੈ ਉਹਦੇ 'ਤੇ, ਇਹ ਸਾਡੀ ਸੋਚ ਇਹ ਹੈ ਨਾ। ਮੈਂ ਇਸ ਦੇ ਖਿਲਾਫ ਮਜਲਿਸ ਪੜ੍ਹਨਾ ਚਾਹੁੰਦਾ, ਠੀਕ ਹੈ, ਪਹਿਲੀ ਗੱਲ ਤਾਂ ਇਹ ਕਿ ਜਿਹੜਾ ਵਹਿੰਦੀ ਜਾ ਤੇ ਤੂੰ ਡਹਿ ਪੀਏ ਕਿ ਤੂੰ ਜ਼ਖਮੀ ਹੋ ਗਈ, ਤੈਨੂੰ ਤਕਲੀਫ ਹੋਈ ਹੈ, ਇਹ ਅੱਲਾ ਦੀ ਮਰਜ਼ੀ ਨਹੀਂ, ਇਹ ਜਨਾਬ ਦੀ ਮਰਜ਼ੀ ਹੈ। ਮੇਰੇ ਮੌਲਾ ਦਾ ਨੌਕਰ ਹੈ ਨਾ ਜਿਹੜਾ ਬਾਈ ਜਾਨ ਆਸੇ ਪਾਸੇ ਨਹੀਂ ਵੇਖਣਾ, ਮੇਰੇ ਮੌਲਾ ਦਾ ਨੌਕਰ ਹੈ ਨਾ ਅਬਦੁੱਲਾ, ਕੁਰਸੀ 'ਤੇ ਬਾਹਵਣ ਲੱਗਾ ਡੱਠਾ ਗਏ, ਸਾਰੀ ਚੋਟ ਲੱਗ ਗਈ, ਜ਼ਖਮੀ ਥੀ ਗਏ, ਮੌਲਾ ਅਲੀ ਕੋ ਸੰਭਾਲੇ, ਖੂਨ ਸਾਫ ਕੀਤਾ, ਆਪਣਾ ਲੁਆਬ ਲਏ, ਜ਼ਖਮ ਉਸ ਵੇਲੇ ਠੀਕ ਹੋ ਗਏ, ਜਦੋਂ ਬਿਲਕੁਲ ਫਿੱਟ ਹੋ ਗਏ ਨਾ, ਅੱਗੋਂ ਉਸ ਪੁੱਛਿਆ ਉਸ ਆਖੇ ਮੌਲਾ, ਮੌਲਾ ਫਰਮਾ ਜੀ ਮੌਲਾ ਇੰਜ ਕਿਉਂ ਹੋਏ, ਗੱਲ ਤਾਂ ਇਹ ਸਮਝਣ ਵਾਲੀ ਹੈ ਨਾ ਸਹੀ, ਮੌਲਾ ਇੰਜ ਕਿਉਂ ਹੋਏ, ਮੌਲਾ ਫਰਮਾਉਂਦੇ ਨੇ ਸਾਡੇ ਮੰਨਣ ਵਾਲੇ ਨਾਲ ਇੰਜ ਹੋਂਦੇ, ਮੌਲਾ ਉਹ ਕਿਵੇਂ, ਸਰਕਾਰ ਫਰਮਾਉਂਦੇ ਉਹਨਾਂ ਦੇ ਛੋਟੇ ਮੋਟੇ ਗੁਨਾਹ ਹੁੰਦੇ ਨਾ, ਤਿਵੇਂ ਛੋਟੀ ਮੋਟੀ ਤਕਲੀਫਾਂ ਉਹ ਗੁਨਾਹ ਖਤਮ ਥੀਂਦੇ ਰਹਿੰਦੇ ਨੇ, ਵੱਲ ਜਿੱਦਾਂ ਉਹ ਦੁਨੀਆ ਤੋਂ ਟੁਰਦਾ, ਨੇਕੀਆਂ ਦਾ ਪਲੜਾ ਭਾਰੀ ਥੀ ਵੈਂਦਾ, ਅੱਗਾਂ ਦਰਜੇ ਵੱਧ ਵੈਂਦੇ ਨੇ, ਉਸ ਕਿਸੇ ਇਹਦਾ ਮਕਸਦ ਇਹ ਹੁਣ ਮੇਰੇ ਕੋਲ ਕੁਝ ਹੋਇਆ। ਮੇਰਾ ਮੌਲਾ ਅਲੀ ਫਰਮਾਉਂਦੇ ਨੇ ਬਿਲਕੁਲ ਹੋਏ, ਅੱਛਾ ਮੌਲਾ ਦੱਸ ਤਵੱਜੋ ਬਈ, ਮੇਰਾ ਮੌਲਾ ਪੇ ਫਰਮਾਉਂਦੇ ਨਾ ਜੀ ਹੋਏ ਤੇਰੇ ਕੋਲ, ਅੱਛਾ ਮੌਲਾ ਉਹ ਮੇਰੇ ਕੋਲ ਦੱਸੋ ਨਾ ਮੇਰੇ ਕੋਲ ਕੀ ਹੋਇਆ ਜੋ ਮੈਂ ਅੱਗਾਂ ਤੇ ਇਹਤਿਆਤ ਕਰਾਂ, ਵੱਧ ਤਾਂ ਇੰਜ ਨਾ ਹੋਵੇ, ਮੈਂ ਕੋਈ ਚੋਟ ਲੱਗੀ ਕਿਉਂ ਹੈ, ਜਿਹੜਾ ਡੇਦਾ ਬੈਠਾ ਮੈਂ ਉਹ ਵਾਸਤੇ ਪੜਦਾ ਖੜਾ, ਜੇ ਬੰਦੇ ਦੀ ਨਿਗਾਹ ਮੇਰੇ ਪਾਸੇ, ਮੌਲਾ ਅਲੀ ਫਰਮਾਉਂਦੇ ਨੇ ਤੇ ਕੋਈ ਚੋਟ ਈ ਵਾਸਤੇ ਲੱਗੀ ਹੈ, ਕੁਰਸੀ ਤੇ ਬਾਂਧੀ ਜਾ ਤੇ ਬਿਸਮਿਲ੍ਲਾ ਦੀ ਵੀ ਪੜੀ, ਅੱਲਾ ਦੀ ਮਰਜ਼ੀ ਨਹੀਂ ਇਹ ਜਨਾਬ ਦੀ ਮਰਜ਼ੀ, ਤਵੱਜੋ ਹੈ ਜੀ, ਆ ਕੁਝ ਨਾ ਕੁਝ ਹੁੰਦੇ, ਸਲਵਾਤ ਸਾਰੇ ਪੜ੍ਹੋ ਚ ਮੇਰੇ ਬਜ਼ੁਰਗ, ਮੇਰੇ ਵਾਜਬ ਇਤਰਾਮ, ਜਿਹੜੇ ਕਿ ਮੁਹਤਾਜ ਤਾਰਫ ਨਹੀਂ, ਬਹੁਤ ਜ਼ੈਗਮ ਸ਼ਾਹ ਜੀ ਤਸ਼ਰੀਫ ਲਏ, ਹੁਣ ਪੜ੍ਹਨ ਜ਼ਰਾ ਔਖ ਨਾ ਹੋ ਗਏ ਮੇਰੇ ਵਾਸਤੇ, ਅਤੇ ਪਿੱਛੋਂ ਬਜ਼ੁਰਗ ਆ ਗਏ, ਪਰ ਦੁਆ ਕਰੇ ਸੀ ਤਾਂ ਇਨਸ਼ਾਅੱਲਾ ਇਵੇਂ ਹੋ ਗਿਆ, ਦੁਆ ਕਰੋ ਇਨਸ਼ਾਅੱਲਾ ਸਾਰੇ ਹੀ ਸੌਖੇ ਹੋਵੇ, ਜਿਹੜਾ ਕਿਸੇ ਦੇ ਔਖ ਦੀ ਦੁਆ ਮੰਗੇ ਉਹ ਵੀ ਕੋਈ ਬੰਦੇ ਦਾ ਪੁੱਤਰ ਹੈ, ਬੋਲੋ ਜੀ ਜੀ, ਦੁਆ ਮੰਗੀ ਕਰੋ ਸਾਰੇ ਮੂਮਿਨ ਸੁੱਖੇ ਸੌਖੇ ਹੋਵੇ ਜੀ, ਤਵੱਜੋ ਹੈ ਸਹੀ, ਨਹੀਂ ਕੋਈ ਤਵੱਜੋ ਨਹੀਂ ਤੁਹਾਡੀ, ਅੱਖ ਮੇਰੇ ਪਾਸੇ ਤਵੱਜੋ ਤਾਂ ਨਹੀਂ ਵੀ ਮੇਰੇ ਪਾਸੇ ਦੇਖੋ, ਸਿਰਫ ਬੋਲੋ ਨਹੀਂ ਸਿਰਫ ਦੇਖੋ, ਇਤਨਾ ਮੇਰਾ ਹੱਕ ਹੀ ਬਣਦਾ ਮੇਰੇ ਪਾਸੇ ਦੇਖਣਾ, ਉਹ ਜੀ ਅੱਲਾ ਦੀ ਮਰਜ਼ੀ, ਜਿਹੜੀ ਗੱਲ ਹੈ ਜੀ ਅੱਲਾ ਦੀ ਮਰਜ਼ੀ, ਮੈਂ ਅੱਖ ਜੀ ਤੂੰ ਜੀ ਗਰੀਬ ਹੈ, ਉਸ ਆਖੋ ਜੀ ਅੱਲਾ ਦੀ ਮਰਜ਼ੀ, ਫਲਾਨੋ ਵਕਤ ਲੱਗ ਗਏ, ਉਸ ਆਖਿਆ ਜੀ ਅੱਲਾ ਬੜਾ ਖੁਸ਼ ਹੈ ਜੀ, ਇਹ ਜੁਮਲਾ ਯਾਦ ਹੈ, ਕਰੀਮ ਅੱਲਾ ਪੇ ਫਰਮਾਉਂਦੇ ਤੇਰੇ ਵਕਤ 'ਚ ਮੇਰਾ ਕੋਈ ਹੱਥ ਨਹੀਂ, ਤੇਰੀ ਗੁਰਬਤ 'ਚ ਮੇਰਾ ਕੋਈ ਹੱਥ ਨਹੀਂ, ਵਕਤ ਤੈਨੂੰ ਕਿਸੇ ਵਜ੍ਹਾ ਤੋਂ ਹੈ, ਗੁਰਬਤ ਤੈਨੂੰ ਕਿਸੇ ਵਜ੍ਹਾ ਤੋਂ ਹੈ, ਤਵੱਜੋ ਮਾਲਿਕ, ਚਲੋ ਮੈਂ ਲਫ਼ਜ਼ ਬਦਲ ਕੇ ਆਖਾ, ਮਾਲਿਕ ਫਰਮਾਉਂਦੇ ਤੇਰਾ ਬਖਤ ਮੇਰੀ ਖੁਸ਼ੀ ਨਹੀਂ, ਤੇਰੀ ਗੁਰਬਤ ਮੇਰੀ ਨਾਰਾਜ਼ਗੀ ਨਹੀਂ,
جی ہاں جی ہاں. اللہ بڑا خوش ہے. نہیں میں نہیں, تینوں کسی وجہ تو وقت ہے. اس نو وقت لگے, اس نو نہیں لگا, اس نو لگے, اس نو نہیں لگا. عادل نہیں. پھر کیوں ہے؟ اس نو ہے, اس نو نہیں. مالک فرمیندے میں ہر بندے کو اون دی سوچ دے مطابق عطا کرنا. کیونکہ تم دیکھو بھائی, جتنی سوچ ہوتی ہے اتنی کوشش ہوتی ہے. کوشش بندے کرنی ہے, مہربانی اللہ کرنی. ٹھیک جاگ دے پیو جو کوئی نا. چلو میں ایک شعر پڑھ دینا, علامہ اقبال دا شعر, کہ خدا نے اس قوم کی حالت تک نہیں بدلی, نہ ہو جس کو خیال خود اپنی حالت کے بدلنے کا. ان کی حالت اللہ ہی نہیں بدلیں دا. جڑا بندہ اپنے بارے خود نہ سوچے. چلو ایک اور ہی پڑھے ہوں. خود ایک کو کر بلند اتنا کہ ہر تقدیر سے پہلے خدا بندے سے خود پوچھے, بتا تیری رضا کیا ہے. بھئی اس تاں پوچھنے جو تے اپنے آپ کو بلند کرنے تاں. سی اللہ جے کو توفیق چڑے وے, اللہ تے تھپے ودن خام خام تے کو کہیں کہ اللہ خے کو خام خائی میں توفیق چڑے وے. میں کہ تیرے ذہن دے خلاف پڑھ رہا میں. اللہ جے کو توفیق, اللہ ہی میں توفیق کسے کو دیندا ہی نہیں. بھئی اس تاں پوچھنے جو تے اپنے آپ کو بلند کرنے تاں. سی اللہ جے کو توفیق چڑے وے, اللہ تے تھپے ودن خام خام تے کو کہیں کہ اللہ خے کو خام خائی میں توفیق چڑے وے. میں کہ تیرے ذہن دے خلاف پڑھ رہا میں. اللہ جے کو توفیق, اللہ ہی میں توفیق کسے کو دیندا ہی نہیں. جب تک بستر نہ چھوڑے, وضو کرے نہیں, مصلی تے ونجے, سجدہ دے کے پھر انج ہاتھ کر, توفیق مانگتا توفیق دے سی. رضائی چ توفیق نہیں دیونی. ناراض تو نہیں ہوتی ہے. ہوں میرے کو لگتا ہے بھی ادھے لوگوں تو من گئے اجا دے نہیں. ہوں مولا دا فرمان تو سناوا جو کہیں دی جرت نہ تھی وے جو نکل وجے. جڑا مولا دے فرمان تے شک کرے وہ بندے دے خون شکے. سناوا فرمان یہ جی گلیں تو ایویں نعرے ہوتے ہیں. میں سمجھتا جڑے بندے میری گل سنتے پے ہو. میں مولا دا فرمان پہ سنانا. جی جی سرکار فرمیندے نے, اپنے گناہ نال تقدیر کو بدنام نہ کر. اپنے گناہ نال تقدیر کو بدنام نہ کر, تقدیر تو تیرے عمل دی محتاج ہے. کیا خیال ہے؟ اتنے بندہ چوری چکرے, کو پکڑ گھنے, کو لمبا پا رہے, کو چنگا ہوں لتریشن کریں. جلے چھوڑے نو آکھے جی اللہ دی مرضی. اللہ دی مرضی. میرا مقصد کھلاون نہیں, میرا مقصد ہساون نہیں. دسو اللہ دی مرضی. اے خدا دا بندہ تے چوری کیتی ہے تے تاں تے کو مارا نے, ایندے چ اللہ دی کیڑی مرضی. توجہ ہے یا نہیں؟ وقت سے پہلے نہیں, مقدر سے زیادہ نہیں. آدم میرا معصوم آقا پہ فرمندے ہیں, وقت تو پہلے ہی ہے, مقدر تو زیادہ ہی ہے. میں تیرے ذہن دا رخ چینج کرنا چاہتا جی حاضر بیٹھے تا. جی آ وقت تو پہلے ہی, مقدر تو زیادہ ہے. بلکہ اس جملے دا جواب مومنین عزاداراں دی کاراں دے پیچھے میں ڈٹھے لکھا ہویا. مقدر سے زیادہ نہیں. مقدر سے آخری بندے تک بولو, مقدر سے ہاتھ نہ بھی, مقدر سے زیادہ نہیں. مومنین دے کاراں دے پیچھے لکھا ہے, جو مقدر میں نہیں وہ حسین سے مام ہے یا نہیں؟
मैं साबित करेना मुकद्दर तू ज्यादा है। ये गल थोड़ी सुनी हुई, मैं कुछ ज्यादा लंबा ना करा। एक बंदा बैठा ही, ये जेडे नौजवान बैठे हैं, मैं थोड़े वास्ते बिलखसूस ज्यादातर बंदा बैठे मूसा अलैहि सलाम मैंने पेन को तौर ते उस आखिर जी अल्लाह ताला को आखना जी मेरी जिंदगी का जेड़ा रिज़्क़ मैंने कट्ठा। ये सुनी हुई गल अल्लाह के नबी बंदे का पैगाम अल्लाह को दिता, ओ अल्लाह जी ओ बंदा है तो मेरा रिज़्क़ कट्ठा। मालिक फरमाया हुंदा इतना रिज़्क़ है तो दे छोड़े, कै आखे इतना रिज़्क़ है ले आवन वाला कौन है? नबी है करीम अल्लाह आखन वाला, मेरे देख भाई करीम अल्लाह आखन वाला नबी ले आवन वाला उसके हाथ रखे उन्हें कन्फर्म है कि यो है। बोलो भी अल्लाह जो दस है ते नबी गिने तो यो ही है ना। उस आखे मेरी जिंदगी का यो कुछ नबी आखे मैं क्या पूरी थी गणा जो अल्लाह का आर्डर हो मैं तेको दे दीता है। उस आखे यो है पर मैं यो है मेरी जिंदगी का सारा यो है। उस आखे यो है हूँ यकीन है यो आई। बोलो इंदा जेड़ा हाई को मिल गया ना यार सिर ताला हो चाहे खुदा दे बंदे यो हाई ना मिल गया ना जदा हाई यो वत मैं को दसाए वधा क्यों है। अल्लाह दे नबी दे के चला गया कुछ अरसे बाद अल्लाह दे नबी आवे तो वो बंदा इत्थों तो लेके रोड तक देगा काफिले पे खांदन अल्लाह दे नबी रुक गया और आना वो तू वो ना जड़ा नहीं बोल सकता हल्ले नहीं जड़े बोले दे पाए जी वो नहीं तू उस जी वो तो देगा कह दिया चढ़ाई खड़ा है देगा कह दिया पकवा रहे हैं उस कह दिया नहीं अपनी है। अल्लाह का नबी आदा भी जेडे मैं ते को दिते हैं तेरी जिंदगी का रिज वो तो डू देगा ही ना थी वेना चार थी वजे ना बस यो कुछ ये भी कतार उस अपने अल्लाह को पूछो पता नहीं वधाया क्यों है। जड़े बंदे जाग दे पाए हो मूसा अलैहि सलाम पहुंच गए अल्लाह सही मैं कुत आखे थोड़ा रिस्क वो बंदा काफले खा रहे हैं मालिक ए क्या मालिक फरमाए मेरे को पूछ मैं क्यों वध है मालिक हुक्म मालिक फरमाए जे खुद खांदा फिर तो वो हाई वो नहीं खाता वो मेरे नाम से देंदा रे मैं वधेंदा रिया वो देंदा रे मैं वधेंदा रिया हूँ दसो मुकद्दर तो ज्यादा है मनो हूँ तो मन गया मेरे ख्याल अच्छा तुसा डिठा होवे ए मेरा भाई शायद हुसैन उनका नौकर चोरी करे तो कोई इनाम देवे आखे जी माशाल्लाह चोरी की 2000 इनाम इवें होंगे असल इसका सूर थोड़ा नहीं है ये देखने वाली गल ही नहीं जो बंदे मेरे नहीं देते दे, तो मेरे को कावड़ लगती है जी तवज्जो है भाई नौकर की थी चोरी उक भाई शायद के ये इनाम है तेरे होंदे चोरी का नाम होंदे नहीं अल्लाह ना करे कोई गड़बड़ बने तो गया वने आगे जी मैं भट्टी साहब दी जात पहले मैं गोली चले सा वो कोई तू मेरे तू जान देवण लगे मांग ये तो साबित थिया बे कुर्बानी दी वजह तो इनाम मिल दे ज्यादती दी वजह तू लितर लगते इवें है ना जै बंदे दी निगाह मेरे पास है तू मैं को दसा एक आम सरदार को पता है जो चंगा काम कीता है ते मैं कुछ सिला देवा बुरा काम कीता है ते सजा देवा जवाब नहीं जेड़ा 14 दा ही खालिक है वजह है सही मासूम ने क्या फरमाए तो सफर चो निकल घरों निकल सफर वन के पढ़ हिको अमल दसें चाह घरों निकल सत फसूर तौहीद पढ़
کل، ٹھیک ہے، گھروں نکلیں، اگے پیچھے انگلی کر کے، سجے کھبے اتے تلے، کتنے ہو گئے؟ چھ. ستویں مرتبہ اپنے اتے انگلی رکھ کے کل پڑھ کے تر پو. سائیں فرمائیں نہ سنظام نہ کچھ نہ ہوسی. چلو تسا بول پے تو ایک عمل بھی ہے، ای تو بھی آسان ہے، یعنی ای دے تے تے اجاں کوئی تھوڑا جے ٹائم لگوے سی، جڑا اگلا رسیندا پیون دے تے ٹائم ہی نہیں لگ سی، تھوڑا جے ٹائم. بالکل ہوا دے وچ یا علی لکھ، اے یا اے جڑی چھوٹی جی اپنے اتو بلاونی. مولا فرمائیں نے میں زامے نہ کچھ نہ ہوسی. جی بھی سنو بمے مکن یقین ہے. اچھا ہوں تو کوئی شے نہ پڑھے گھروں نکل دے جاتے اگو کچھ ہو ونجے آخیا اللہ دی مرضی. میرے خیال ہوں من گئے ہو سارے، ہوں اللہ تے نہ تھپی جائیں، تیرے اپنے ہاتھ ہی سب کچھ ہے، یعنی اپنی تقدیر تیرے ہاتھ ہی ہے. اپنے آپ کو برباد کریں کر سکتے ہیں، اپنے آپ کو آباد کریں کر سکتے ہیں. انتظار مقام ہے میرے خیال. آخری گل میرے معصوم آقا پہ فرمائیں دن صبح دے ویلے رزق تقسیم ہوندا ہے. صبح دے ویلے رزق ونڈیندا ہے. یہ مجلس ہے، لنگر کتا ہے، پوری ڈیرے تے لنگر او کو ملسی جڑا اتھا موجود ہو سی، صرف موجود نہ ہو سی، انجت کرے سی. انجت کرنا یا منگنا وہی گل ہے نا، اتھا ہی ہو سی صحیح ہاتھ بھی. بھائی توجہ ہو. اچھا جڑے چپ بیٹھے تو سمے کو سوچ، جلال پور بٹیاں، پنڈی بٹیاں، موٹر وے تے، انٹرچینج تے، لاندی جا تے، سرگو دے، لاہور، کتھے تو سن ڈٹھا ہوئے بے ایک بندہ منگن والا ودا ہوئے تے ان کر کہہ دو اللہ دے ناں تے دو جی. اینا مقصد ہے بنن والے کو نہیں ملدا، او بھائی ایج کرن والے کو ملدا، دوجے پاسے گل نہیں ہوئے بھائی، ان جالے کو نہیں ملدا، ان جالے کو نہیں ملدا، ان جالے کو ملدا. بابا عقل ہے تو اندے نال سوچ، تمہیں کوئی جواب دے. میں پیادا پانی کو آگ لگ سکتی ہے، حجت خدا دا قول غلط نہیں ہو سکتا. تمہیں کوئی جواب دے. مولا پہ فرمائیں دے صبح دے ویلے رزق تقسیم ہوندا ہے. جدا رزق تقسیم ہوے تو نیندر کریں، 10 بجے اٹھی کے آکھیں اللہ دی مرضی جے کو دے وے. جی یہ اللہ دی مرضی ہے جی. جب مولا پہ فرمائیں دے تے کو سکول دے گیٹ تے پتہ لگدا پے نو مجھے بند تھی ویندے، تے کو پتہ لگدا ہے 8:30 بجے 9 بجے گیٹ بند تھی ویندے تے پتہ لگدا ہے بھجدا نے جی. تے کھیتی باڑی دا پتہ لگدا ہے، کھاد دا پتہ لگدا ہے، اے نو وتے ہوے تے کو ہر شے دا پتہ لگدا ہے. حجت خدا جڑا رزق دا ٹائم دسے اوندا پتہ نہیں لگدا. بولو ایویں بھائی کول پچھو سیں لنگر کتھوں آ کے جی انج ویسو تے ایتھے سامنے ڈیرے اوتھے لنگر ہے، اے ایتھو انج مڑسو میں بھلا نہ کھڑا، اے انج ویسو انج وان کے سامنے ڈیرے لنگر ہے، وہ لنگر کھاون والا انج لے کے انج لگا وجے بس تے پھرے ودا پورے محلے تیا کہ جی تو ہی کوئی نہ جی مڑے انتظام ہی کوئی نہیں تے
جھوٹ جی تے فلان جی تے یہ ہے تے وہ ہے تے نہ وہ جتے لنگر ہے تو دے گیا ہی نہ ہے میں گل رزق دی نہ پیا کریندا میں گل ترقی دی پیا کریندا کوئی گل میری ذہنی ٹکی ہے میں گل ترقی دی کریندا پیا اگر تو رزق دے بارے سوچے تو اللہ دے بارے کدا نہ سوچے تو موسیٰ علیہ السلام پیا دین اللہ سائیں فرعون دی روٹی بند کرو بکل مر ونجے مالک فرمائے نبی بن کے سوچائی اللہ صحیح بات ہوں رزق بند نہیں کرنا چاہیے مالک فرمائے تو رسا ہوں بندے آئی چھوڑ دیتی ہے میں رازق سلام نہ چھوڑ دوں یا علی علیہ السلام گل ہکا تے ایویں سمجھو سو دی ہکا سننی اوئے جندی اکھ میں ڈو سی میں تھی یاد رہا نا یہ جملہ میں کو ڈھیر پسند ہے جو میں ہر مجلس سے آکھا تھا میں حق رکھ دا جیڑا جملہ میں ہن پیا دا میں یاد رہا نا تیرے طاقت کیڑی ہے تیرے چ آکڑ کی ہیں تیرے چ نخرا کی ہیں تیرے جرت چوکھی ہے تو میں کو جواب دے تے کو کیڑی گل دا مانے جے اللہ دے گو علی انہ ہاتھ کرے تو کیوں نہ کرے انہ ہاتھ تو نہ کرے وہ تو کیوں اللہ دی مرضی جے کو دے وچ تے منگئی نہیں ٹینشن ہے گھر چ بے روزگاری ہے بچہ پیپر رہن ویندا پے کوئی کہیں قسم دا مسئلہ ہے صبح دی نماز دے نال دو رکعت نماز ہدیہ مخدوم کونین قربتن اللہ پڑھ اے پڑھ کے دیکھ ایک ہفتے بعد تیرے گھر دے حالات تبدیل نہ ہوئے میں شبیر دزا کری نہ ہوں کوئی سمجھے میری گل دی واگ نہ پیس جملہ یاد دے ڈوڑا جڑا پڑھا شبیرہ دن ماں تیرے غم میں چلوے ماں تیرا ماتم کرے یہ عرب دے وچ غصے دی گل ہے بولو ماں تیرے غم میں چلوے ماں تیرا ماتم کرے وہ گل پہ دسنا جے گل ہور کو علیہ السلام بنائے شبیر پہ دن ماں تیرے غم میں چلوے ماں تیرا ماتم کرے زمین تو دیکھ کے دے میں تھوڑی ماں تے درود ہی پڑھ سکوں میں تھوڑی ماں تے درود پڑھتا ہوں جی بسم اللہ جڑے بندے رومن تے تل گئے ہو جی میں نوکر بابا ہی منن والا وت واگ کیوں نہ پیس کتاب لا دے ہور دی سوچ ہے صلح ہوے سی میں کوئی نام ملوے سی بتول دا پتر بچوے سی میں جے ڈامیں دی رات دے ماحول ڈٹھا سنا یقین تھی کہ سن نہیں بچدا وت کلا ٹبن چ نکل گئے ایویں دوویں ہتھ سر تے رکھ کے دا ودا کیا کیتا ہی تیری تو سوچ ہی غلط آئی وقت اپنے آپ نال جنگ ودا کریندا ہے بھائی جان میرے دیکھیں اپنے آپ نال جنگ جاری ہے دی بڑا جرم کیتا ہی وقت اپنے آپ کو دے چلو معافی چا مانگ وقت آ دے نہیں نہیں تو کوئی معافی دے قابل ہے بتول دی اندھی ہیں روئیاں نہیں وقت اپنے آپ کو دے نہیں نہیں ہاں میں تا معافی دے قابل نہ او معاف کرن دے قابل ہے وہ تو کر سکتا ہے چلو ہی کوشش بھائی کرے نا خیمہ دے دروازے تے جتھا آلہ افسر بیٹھے ہیں ادھے دیکھو جنگ نہ کروں صلح ہوئے سے یہ ادھے نہیں کرنی دوجی دفعہ دے میری گل سنو تو سن بولو نہیں میرے نال صرف چلو میں وعدہ پیا کرے نا حسن دا بھرائے صلح ہوئے سے جی بسم اللہ انہاں وط بھی نہیں مننی نا بھائی جان وط چوتھی دفعہ میں چوبہ پکڑی ہیں چہرہ سرخ تھے اکھاں وس پئیں ہیں ہمیں ہک افسر تو دیکھا دکھڑا میرے دیکھو میں سپاہی نہ میں ہی افسر ہاں میں بار بار تھوڑی اتنے منتا نہ کر رہا جو غریب دیا بھیڑی نہ ہوں میں کوئی یہ گل کھانی پئیے تو سا عملہ کرنے کہ نہیں بہنا ویسے کہ نہیں میرا
मैं नौकर बाबा, मैं नौकर बाबा, लखवारी आका थोड़ी कमाल है मोहब्बत दी भाई जी जी बिस्मिल्लाह, मैं नौकर, मैं लखवारी आका जी बिस्मिल्लाह, मैं नौकर, मैं बार बार थोड़ी मिन्नत न कराऊँ उस गरीब ने बेड़ा लाल तो हमला किया था। आप जख्मी थे, जख्मी हालत टुरे अपने खेमा दे दर ते है जिमें तुसा वेंदे वे ना रिश्तेदार दे ते वाला वल के आंदे वे बाल बच्चे कट्ठे वेंदे रिश्तेदारों को हो के वल दें ते वे ना घर वापस वल दें ना वो जेडे तोहफे देंदे वो सामने रख के ना बस लोगों को भी कहेंदे ये तोहफा मैं फुलां दिता है, ये फुलां दिता है, ये फुलां दसेंदे ना जदा होर खेमा दे दर ते आए ना इंदी धी गड खोल के आदि बैठी अम्मा ये चादर मेरे को फूफी आली है दी ये बुरका मेरे को खाली झोली आली फूफी दीता जी बिस्मिल्लाह। माँ आखे गई ना हमें, गई हमें तो सामान ना ले हमें यहाँ माँ तो ने क्या दिया मैं घबरा नहीं बाबा सी जवाब मैं दे सा और अंधेरे धी कंड की थी भाई जान इवें कंड की थी अली दिया धीया देखे मैं तो देख के आदि बैठी है जे मिल पिया पहुंचाए सा होरा देखें दे नाल बैठी बोलें दी पियो तो देख के आदि उन्हें नाल बोलें दी बैठी हैं जिन्हें सलाम ही कोई नहीं वलेंदा या दे मैं को कहानी सुना पियो तो देख के आदि कसम चा आग से कुछ नहीं या दे मदीनी वाले मोहम्मद की कसम है उठी खड़ी है पियो तो देख के आदि मदीनी वाले मोहम्मद को जानता है हाँ बेटा मैं कलमा वहीं दा पढ़ता पियो तो देख के आदि कलमा पढ़ के लुटेंदे पयो होर कसम चाया दे कुरान दी कसम पियो तो देख के आदि कुरान को मनिया तफसीरा को जंगल चुरो लिया मेरी मर्जी दा जामिन हो जलालपुर आले हो मेरी मर्जी दा जामिन हो रहा दस आदि ओ जेड़ा अलम पकड़ी खड़ा है ओ जामिन दे याद है मेरा दुश्मन है याद है मेरा चाचा है मेरे नाली में प्यार करें दाजी में पियो दिया नाल का जी बाबा मैं नौकर लखवारिया का दिया दिया बास जामिन ते कुछ नाक सा बाबा कल ऐलान होए हर अफसर दी धी जोजा बनिए बाबा मैं माँ दी अखी मन के टुर पई छुड़े दा पिया लफ्ज दरिया के किनारे ते गई पानी को हाथ नहीं मिलाया बाबा रोंदी खड़ी हम रोंदी वापस वाली हाँ अखा दे विजो आंसू हन बाबा मैं वापस वाली हाँ राह भुल गई हाँ इन्ह गरीबों के खेमा के नालों साडा गुजर है बाबा एक मेरी उम्र दी मेरी सन दी बीबी है मेरी दही को पूछे कौन है मैं दही को आखे ना सामे सारे दुश्मन हैं मेरी दही आखे तो कहें दे दुश्मन ही नहीं पता नहीं लोग इन्हें को क्यों मरे देने तक कातिल को शरबत पीवा बना ले बाबा मैं तेरा ना सुने ना जना मेरी दही आखे ना हूर दी थी बाबा मैं कोई में लगता है जो कनात ढां दी है कितनी बीबियां कठियां हो गए ना कनात दे अंदर खड़ के ऐसा ऐसा कोई आधी माँ में दीदी वाला कोई आधे चाचे दीदी वाला कोई आधे भिरा दीदी वाला बाबा मैं वापस वलिया बाबा मैं अंदर रहिया एक बीबी है मैं कुआंदा दे के उठन दे कोशिश की थी है पर उठी नहीं सकी अकल मार गया दे दैया मैं को जाओ मेरे भिरा दीदी आ गई है और आधे पुछावे कौन याद ये बाबा मैं को कने हुसैन बादशाह दी वडी भेड़ और मैं पास मुंह कर के दे न तू आने आ नौकर को मेरा सदे आज ये दी उजड़ गई है नौकर को मेरा पई सदे दी है आवाज ये बाबा मैं अंदर रही हां ओ बीवी आके कुर्सी के नाओ मेरे भेरा दीदी आ गई है कुर्सी लेन में को आके कुर्सी ते बाओ मैं आके ना बीवी तू अली दीदी ओ के मिट्टी ते मैं नौकर दीदी कुर्सी ते बावा मैं जो दे क्या दिए तू अफसर दीदी मैं गरीब दी मेरा तू दरियावां दे मालिक दीदी मैं त्रै दिहाड़ जी बाबा मैं नौकर में लखवारी अखा जी बिस्मिल्लाह मैं नौकर हो रहा देवल क्या होया बाबा मैं आखे में कुर्सी ते नवास मैं को आखे मिन्नत ला मेरी झोली च बाए बाबा मैं झोली च बैठिया हुसैन ने जमीन ते चादर बिछाई हर परदादार अपने अपने खेमे लगी गई जदा गई है ना हाथ खाली जदा वलियन कहें दे थे बुरका कहें दे थे चादर उई दे विच रखे दिया गई है बाबा मैं दिखे दो बच्चियां जिना कोई चीज हाथ ते रखी हुई है रो रो क्या दिन मामे दी
ਦੀ ਸਰ ਥੋੜਾ ਜਿਹਾ ਤੋਹਫ਼ਾ ਕਬੂਲ ਕਰ ਬਾਬਾ ਮੇਰੀ ਚੇ ਉਹਨਾਂ ਦੇ ਹੱਥਾਂ ਤੇ ਛੋਟੇ ਛੋਟੇ ਦੁਰਾਏ ਰੋਕਿਆ ਜੇ ਨਜ਼ਮ ਮੁਸਲਿਮ ਦੀਆਂ ਦੀਆਂ ਸਾਡੇ ਭਰਾ ਨਿਕਲ ਗਏ ਸਾਡਾ ਬਾਬਾ ਮਰ ਗਏ ਅੱਜ ਮਦੀਨਾ ਹੋਵੇ ਤੇਰੇ ਆਵਣ ਦਾ ਮੋਲ ਪੋ ਜਿਹੜੇ ਨੀਵੇ ਰੋਂਦੇ ਬੈਠੇ ਆਏ ਤਾਂ ਰੋਵਣ ਉਹ ਜਿਹੜਾ ਨਹੀਂ ਰੋ ਸਕਦਾ ਰੋਵਣ ਦੀ ਸ਼ਕਲ ਚ ਬਣਾਵੇ ਹੋਰਾਂ ਦੇ ਵੱਲ ਕਿਆ ਹੋਇਆ ਬਾਬਾ ਗੱਡ ਬਣਾਈਏ ਗੱਡ ਬਣਾ ਕੇ ਬੀਬੀਆਂ ਮੈਂ ਕੋ ਦਰਵਾਜ਼ੇ ਤੱਕ ਪਹੁੰਚਾਉਣ ਆਈ ਹੈ ਬਾਬਾ ਮੈਂ ਦਰਵਾਜ਼ੇ ਤੋਂ ਗੁਜ਼ਰਨ ਲੱਗੀ ਹਾਂ ਮੇਰੇ ਦਾਮਨ ਕੋ ਛਿੱਕੀ ਆਈ ਹੈ ਮੈਂ ਡਿੱਠੇ ਚਾਰ ਸਾਲਾਂ ਦੀ ਬੱਚੀ ਮੇਰਾ ਦਾਮਨ ਨੱਪੀ ਖੜੀ ਹੈ ਮੇਰੇ ਉਹਦੇ ਕਿਆ ਦੀ ਚਾਚੇ ਦੀਦੀ ਇਹ ਦਸਾ ਤੇ ਕੋ ਕਹੇ ਸਦਾ ਆਈ ਮੈਂ ਕਿ ਬੀਬੀ ਤੁਸਾਂ ਮੇਰੇ ਉਹਦੇ ਕਿਆ ਦੀ ਪੁੱਛੋ ਤਾਂ ਨੀ ਵੀ ਮੇਰੀ ਮਜਬੂਰੀ ਕਿਹੜੀ ਹੈ ਰੋ ਕਿਆ ਦੀ ਮਿਲਤ ਲਾ ਮੇਰੇ ਖੈਮੇ ਤੱਕ ਚੱਲ ਖੈਮੇ ਦੇ ਨਾਲ ਕੀ ਨਹੀਂ ਹੈ ਇੱਕ ਛੋਟਾ ਜਿਹਾ ਪੀਂਗਾ ਉਤੋਂ ਕੱਪੜਾ ਲਾ ਕਿਆ ਦੀ ਜਾਗ ਦਰਿਆਵਾਂ ਦੇ ਮਾਲਕ ਦੀਦੀ ਰੋ ਕਿਆ ਦੀ ਇਹੀ ਗੁੱਟ ਪਾਣੀ ਦਾ ਹੋਵੇ ਮੇਰਾ ਮੇਰਾ ਜੀ ਜੀ ਬਾਬਾ ਜਵਾਨੀ ਨਸੀਬ ਹੋਵੀ ਮੈਂ ਨੌਕਰ ਮੈਂ ਲਖਵਾਰੀ ਅੱਖਾਂ ਤੁਹਾਡੀਆਂ ਜ਼ਿੰਦਗੀਆਂ ਹੋਵੇ ਨਾ ਹੱਥ ਨਾ ਜੋੜੋ ਜੀ ਬਾਬਾ ਮੈਂ ਨੌਕਰ ਕਿਬਲਾ ਜਾਫਰ ਜ਼ਮਾਨ ਉਹਨਾਂ ਦਾ ਲਿਖਿਆ ਹੋਇਆ ਜੁਮਲਾ ਪਿਆ ਪੜਦਾ ਕਿਬਲਾ ਜਾਫਰ ਜ਼ਮਾਨ ਨੇ ਲਿਖਿਆ ਹੈ ਨੌ ਮੁਹਰਮ ਦੀ ਗੈਰ ਉਮਰ ਇਬਨ ਸਾਊਦ ਨੇ ਫੌਜੀ ਸੱਦੇਣ ਫੌਜੀਆਂ ਤੋਂ ਦੇਖ ਕਿਆ ਦੇ ਸੈਦਾਂ ਦੇ ਖੇਮੇ 'ਚ ਕਹੇ ਪਾਣੀ ਪਹੁੰਚਾਏ ਯਾ ਦਿਨ ਕਹੇ ਨਹੀਂ ਪਹੁੰਚਾਇਆ ਯਾ ਦਿਨ ਨਹੀਂ ਮੈਂ ਕੋਈ ਯਕੀਨ ਹੈ ਪਾਣੀ ਕੀ ਹੈ ਇੱਕ ਔਰਤ ਭੇਜੀਏ ਵਨ ਪਤਾ ਕਰਾ ਪਾਣੀ ਕਹਿ ਭੇਜੇ ਔਰਤ ਚੱਕਰ ਲਾ ਕੇ ਵਲੀਆ ਦੇ ਜ਼ਾਲਿਮਾ ਪਾਣੀ ਤਾਂ ਕੋਈ ਨਹੀਂ ਗਿਆ ਔਰਤ ਦੇਖ ਕਿਆ ਦੇ ਨਹੀਂ ਪਾਣੀ ਜ਼ਰੂਰ ਗਿਆ ਔਰਤ ਆਦੀਏ ਤੇ ਕੋ ਕਿਵੇਂ ਯਕੀਨ ਹੈ ਆਦੇ ਮੈਂ ਕੋਈ ਇਸ ਵਾਸਤੇ ਯਕੀਨ ਹੈ ਸੱਤ ਮੁਹਰਮ ਕੋ ਪਾਣੀ ਬੰਦ ਹੋਏ ਸੈਦਾਂ ਦੇ ਬਾਲਾਂ ਦੇ ਰੋਵਣ ਦੀ ਆਵਾਜ਼ ਮੈਂ ਸੁਣਦਾ ਰਹੀ ਹਾਂ ਅੱਠ ਕੁ ਰੋਂਦੇ ਰਹਿਣ ਨੌ ਦੀ ਸੁਬਾਹ ਕੋ ਰੋਂਦੇ ਰਹਿਣ ਨੌ ਦੀ ਦੀਗਰ ਕੋ ਹੁਣ ਚੁੱਪ ਕਿਉਂ ਕਰ ਗਏ ਯਕੀਨਨ ਪਾਣੀ ਮਿਲ ਗਈ ਹੈ ਔਰਤ ਠਹਿ ਪਈ ਹੈ ਆਦੀਆ ਜ਼ਾਲਿਮਾ ਬੱਚਾ ਚ ਰੋਵਣ ਦੀ ਤਾਕਤ ਕੋਈ ਜਿੱਥਾਂ ਠੱਢੀ ਰੇਤ ਦੇ ਦਿਨਾਂ ਦਿਲ ਬਚੜੇ ਰੁਲ ਗਏ ਜੀ 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 ਬਾਬਾ ਮੈਂ ਨੌਕਰ ਮੈਂ ਲਖਵਰੀ ਅੱਖਾਂ ਜੀ ਬਾਬਾ ਮੈਂ ਨੌਕਰ ਆਦੀਏ ਬਾਬਾ ਇਹ ਗੱਲ ਬੈਠੀ ਆਦੀ ਹਮ ਜੇ ਮਿਲ ਪਿਆ ਪਹੁੰਚੇ ਸਾਂ ਹੋਰ ਸਮਝਿਆ ਗੱਲ ਮੁੱਕ ਗਈ ਇਮਤਿਹਾਨ ਦੀ ਖਾਤਰ ਹੱਥ ਉਠਾਏ ਮੇਰੇ ਦੁਸ਼ਮਣ ਦੇ ਘਰ ਕਿਉਂ ਗਈ ਹਾਵੇ ਪੀ ਉਧਰ ਕਹਦੇ ਬਾਬਾ ਪਹਿਲੇ ਮੁਕੰਮਲ ਗੱਲ ਸੁਣ ਗਏ ਮੈਂ ਕੋਈ ਬਿਵਾਰੇ ਸਾਂ ਹੋਰ ਦੇ ਰਸਾ ਰੋ ਕਹਦੇ ਬਾਬਾ ਹੁਸੈਨ ਮੈਂ ਕੋ ਨਾਲ ਲਏ ਦਰਵਾਜ਼ੇ ਤੱਕ ਲੈ ਆਈ ਅਲਮਾਲ ਕੋ ਸੱਟ ਮਾਰ ਕਹਦੇ ਚਾਚਾ ਮੇਰੇ ਚਾਚੇ ਦੀ ਧੀ ਹੈ ਇੱਕ ਆਪਣੇ ਖੈਮਾ ਤੱਕ ਪਹੁੰਚਾ ਬਾਬਾ ਤੂੰ ਆਦੇ ਜੋ ਸਾਰੇ ਦੁਸ਼ਮਣ ਇਹਦੇ ਵੱਡੇ ਲਜਪਾਲ ਤਾਂ ਮੈਂ ਡਿੱਠੇ ਕੋਈ ਨਹੀਂ ਅਲਮਾਲਾ ਮੈਂ ਕੋ ਘੋੜੇ ਤੇ ਚੜਾਈ ਆਏ ਨਾਲ ਵਾਗ ਨਭ ਕੇ ਦੌੜਦਾ ਆਏ ਜਦੋਂ ਦਰਵਾਜ਼ੇ ਤੇ ਆਏ ਮੈਂ ਕੋਈ ਵੇ ਲਾਏ ਜੇ ਪਿਉ ਦੀਆਂ ਨਾਲ ਪਿਆਰ ਕਰੇ ਨੇ ਮੈਂ ਕੋ ਆਖਿਰ ਜੇ ਪਿਉ ਕੋਈ ਗਾਲ ਆਖੀ ਮੈਂ ਕੋ ਸੜ ਮਾਰੇ ਬੱਚੀ ਆਦੀਏ ਚਾਚਾ ਬਾਸ ਉਹ ਮੇਰੇ ਛੁਡਾਵਣ ਵਾਲਾ ਕੋਈ ਨਹੀਂ ਜੀ ਬਾਬਾ ਮੈਂ ਨੌਕਰਾਂ ਅਜਾ ਵੈਂਡਾ ਮੁੱਕਾ ਜੋ ਘੋੜੇ ਦੇ ਟਾਪਾਂ ਦੀ ਆਵਾਜ਼ ਆਈ ਹੈ ਹੋਰ ਜਲਦੀ ਨਾਲ ਬਾਹਰ ਨਿਕਲੇ ਪਾਸ ਘੋੜੇ ਦੀਆਂ ਵਾਗਾਂ ਛੋੜੀਏ ਨ ਹੋਰ ਦੇ ਪਾਸੇ ਦੇਖ ਕੇ ਆ ਦੇਣਾ ਅਜਾ ਨਹੀਂ ਰਜੀਆ ਓਏ ਬੇਦਰਦਾ ਸਾਡੇ ਜੰਗਲੇ ਬਾਲ ਰੁਲੇ ਨੀ ਓ ਅੱਬਾਸ ਤੂੰ ਲੈ ਓ ਮਰ ਗਿਆ ਬਾਬਾ ਮੈਂ ਨੌਕਰਾਂ ਮੈਂ ਲਖਵਰੀਆ ਖਾਂ ਗੈਰਤ ਅਲੀ ਨੂੰ ਬਾਸ ਘੋੜੇ ਤੋਂ ਲੱਥਾ ਹੈ ਹੁਣ ਪੈਰਾਂ ਤੇ ਜਾਣ ਪੀਏ ਅਕਲ ਮਾਰ ਕੇ ਦੇ ਮੌਲਾ ਮੈਂ ਦੀ ਕੁਮਾਰਣਾ ਤਾਂ ਨਮ ਚਾਲਾ ਮੈਂ ਤਾਂ ਆਪਣੀ ਦੀ ਕੋਲ ਇਮਤਿਹਾਨ ਗਿੱਧਾ ਹੈ ਅੱਬਾਸ ਆਦਿਲ ਤਾਂ ਇਮਤਿਹਾਨ ਗਿੱਧਾ ਹੈ ਉੱਤਾਂ ਅਲੀ ਦੀ ਦੀ ਜ਼ਮੀਨ ਤੇ ਜਾਣ ਪਈ ਹੈ ਆਦੀ ਆਈ ਜਲਦੀ ਵਾਨੇ ਉਹਦੇ ਛੁੜਾ ਵੈਣਾ ਲਾ ਕੋਈ ਅਜਲਾਲ ਪੁਰਾਰਿਆ ਆਕੋ ਚਾਲੀ ਦਿਧੀ ਹੁਣ ਆਪਣੀ ਧੀ ਕੋ ਤਮਾਚਾ ਮਾਰਾ ਨਹੀਂ ਤੁਸਾਂ ਬਰਦਾਸ਼ਤ ਨਹੀਂ ਕੀਤਾ ਰੱਬ ਜਾਣੇ ਕੀ ਆ ਜੇ ਵੇਲਾ ਸਕੀਨਾ ਹੱਥ ਬਣੇ ਜਿਹੜੀ ਆਦੀ ਇਨ ਮਾਰੋ ਮੈਨੇ ਛੁੜਾ ਵੈਣਾ ਲਾ
بسم اللہ الرحمن الرحیم الحمدللہ رب العالمین بسم اللہ الرحمن الرحیم قل ھو اللہ احد بسم اللہ الرحمن الرحیم قل ھو اللہ احد بسم اللہ الرحمن الرحیم قل ھو اللہ احد یا رب محمد و آل محمد صلی علی محمد و آل محمد واجل فرجا آل محمد سونی سونی صلوات اکو پڑھو سارے پڑھو صلوات الشیطان الرجیم بسم اللہ الرحمن الحمدللہ رب العالمین والصلاۃ والسلام علی اشرف الانبیاء والمرسلین سونی صلوات شفیع المذنبین و خاتم النبیین بالقاسم محمد وما ارسلناک الا رحمت للعالمین نبی دی وسلام تو وسلام علام وسیع وزیر ہے و وارث علم ہے علم الولی والا خری نلی ولی دزات سلوا وسلا تو وسلام والا سیدات جلیلۃ المخدومۃ المظلومۃ المحرومۃ تے ان حق میرا سے ابھیہا سیدۃ النساء العالمین بڑے ادب نال سلوا اللہ تے کالت صبح تلیا مسائے
ਵਸਦੇ ਰਹੋ। ਲੋ ਨਾ ਸੁਬਤ ਲਲ ਆਇਆ ਮੈਂ ਸਿਰ ਨਾ ਲਿਆ ਲਿਆ ਬਾਬਾ ਦੇ ਰੁਲ ਗਈ ਥਿਆ ਜ਼ਖਮੇ ਜਿਗਾਰ ਮੁਹੰਮਦ ਦਾ ਬਿਆ ਕਤਲ ਖਦੇਜਾ ਥਈਏ ਉਹ ਦਰਵਾਜ਼ੇ ਹੇਠ ਬਤੂਲ ਜਦਾ ਬਹੁ ਦੇਰ ਤੜਪਦੇ ਦਰਵਾਜ਼ੇ ਹੇਠ ਬਤੂਲ ਜਦਾ ਬਹੁ ਦੇਰ ਤੜਪਦੀ ਸ਼ਾਹ ਜੀ ਮੈਂ ਨੌਕਰ ਖਲੋਤਾ ਜ਼ਰਾ ਆਰਾਮ ਨਾਲ ਸੁਣਨਾ ਹੈ ਪਹਿਲਾ ਵੈਣ ਬੜੇ ਆਰਾਮ ਨਾਲ ਸੁਣਨਾ ਹੈ ਤਾਂ ਕਿ ਹਰ ਬੰਦੇ ਦੀ ਸਮਝ 'ਚ ਗੱਲ ਆ ਸਕੇ ਡਿੱਠਾ ਚੁੱਪ ਹੈ ਦਰ ਚੁੱਪ ਹੈ ਦਰ ਨਬੀਆਂ ਦੇ ਮੂੰਹ ਚੋਂ ਗੱਲ ਨਿਕਲ ਬੇਸਾਖਤਾ ਗਈ ਹੈ ਆਓ ਖਿਦਮਤ ਪਾਕ ਮੁਹੰਮਦ ਦੇ ਇਮਰਾਨ ਕੋ ਮਹਿੰਗੇ ਕਦੀ ਵੀ ਨਾ ਰੋਵੋ ਐਡਾ ਸੋਹਣਾ ਰੋਵਣ ਵਾਲਿਓ ਜਦੋਂ ਰੋਵੋ ਪਾਕਾਂ ਦੇ ਗਮ ਵਿੱਚ ਰੋਵੋ ਪੀਰ ਸਾਜਦ ਸ਼ਾਹ ਜੀ ਮੈਂ ਇੱਕ ਵੈਣ ਕਰਨ ਲੱਗਾ ਮੈਂ ਕੁਝ ਨਹੀਂ ਮੰਗਦਾ ਮੈਂ ਸਿਰਫ ਦੁਆ ਚਾਹੁੰਦਾ ਇਸ ਦੇ ਬਦਲੇ 'ਚ ਜਿਸ ਬੰਦੇ ਸਾਰੀ ਜ਼ਿੰਦਗੀ ਇਕੱਲਿਆਂ ਬਹਿ ਕੇ ਰੋਵਣਾ ਹੋਵੇ ਮੇਰੇ ਪਾਸੇ ਦੇਖੇ ਮੁਹੰਮਦ ਦੀ ਪਾਕ ਦੇ ਪਾਕ ਮੁਹੰਮਦ ਦੀ ਕਬਰ ਤੇ ਆ ਕੇ ਰੋ ਰੋ ਕੇ ਆਦੀ ਆਈ ਤੇਰਾ ਕਫਨ ਵੀ ਮੈਲਾ ਨਹੀਂ ਹੋਇਆ ਮੈਂ ਮੁੱਕ ਗਈਆਂ ਰੋ ਰੋ ਕੇ ਹਾਏ ਹਾਏ ਹੱਕ ਮੰਗਿਆ ਏ ਤੇਰੇ ਉਮਤੀਆਂ ਤੋਂ ਮੈਂ ਸਾਇਲਾ ਵਾਂ ਇੰਜ ਸਮਝ ਹੁਸੈਨ ਦੀ ਮਕਤਲ ਵਿੱਚੋਂ ਮੈਂ ਵਾਲਾ ਜਾਂ ਫਾਰਗ ਵਸਦੇ ਰਹੋ ਜੀ ਜੀ ਕਰਾਂ ਨਹੀਂ ਥੱਕਦਾ ਜਿਤਨੀ ਦੇਰ ਕੋਈ ਸੁਣਦਾ ਰਵੇ ਉਤਨੀ ਦੇਰ ਨਹੀਂ ਥੱਕਦਾ ਦੋ ਗੱਲਾਂ ਹੋ ਗਈਆਂ ਪੀਰ ਸਾਜਦ ਸ਼ਾਹ ਸਾਹਿਬ ਤੀਜੀ ਗੱਲ ਮੈਂ ਅੱਜ ਦੀ ਮਜਲਿਸ ਵਿੱਚ ਉਹਨਾਂ ਬੰਦਿਆਂ ਨਾਲ ਕਰਨ ਲੱਗਾ ਜਿਨ੍ਹਾਂ ਨੂੰ ਪਤਾ ਹੈ ਜਿਸ ਦਾ ਨਾਮ ਜ਼ਹਰ ਆਏ ਬੜੀ ਅਮੀਰ ਮਾਂ ਦੀ ਧੀ ਆ ਹੁਣ ਠੀਕ ਹੈ
इस दी वजाहत मैं ज्यादा नहीं करनी, हुण मेरे पास देखना है। मैं पड़दारा ना कुल माल खदेजा कुबरा दा थे सरा फिसलाम ते गया ओ सरमाया कुल अबू तालिब दा ए दीन ते लगदा रिया। मैं प्यार दा इको सो मर दिया तोड़ी हसन दी मादा क्यों हाथ पास अल्लाह मानाए अल्लाह मानाए अल्लाह क्यों हाथ पासे थे सारे शामिल हो जी मेरे नाल रहना है ताकि कोई लम्हा मजलिस दा जाया ना होवे। मैं देखना है पांच साल कबाल अलीपुर चट्ठे देख बिल्कुल नौजवान लड़के बीबी पाक दे मुतालिक मैनू 317 मसाइब दिया लिख के दी जलालपुर भटिया आले ओ चौथी 70 नाल मिला के मेरा सारी जिंदगी रोवण दा सबब बन गया। ओना फरमाया इस्लाम दे दो दरबारा विच दो बीबिया खड़िया रहिया एक दे नबी दे दूजी पाके अले दे है न दोवे मामा ओ फरमे दे ने एक त्रै घंटे दूजी नौ ए मजलिस अल्लाह पुत्रा दा कोई गम नहीं जे सच पुछ दियो हन दोवे जख्मी मातम सोना लगी वा दोवे कबर च रोंदिया बहुत सोहनी मजलिस बहुत काबिले कबूल पुरसा रोवन वालियां दे घर आबाद होवन रोवन वालियां दी नस्ल आबाद होवे रोवन वालियां दे वेड़े वसें रोवन वालियां दी औलाद दी जिंदगी होवे रोवन वाले इस पाक गम दे सिवा दुनिया दे किसे गम विच ना रोवे रोवन वालियां दे अपने शहर होवन अपनी बस्तियां होवन जिथे इन्हों रोवन तो रोके कोई ना। ये दुआ मैं इस वास्ते पे मंगदा सक्या वीर दिया लाशा तो भेणी चुप करके शाम को बिछदे रहो जी रोवन वालियां दा रत रोवन वाला वारिस जल्दी आवे हुण देर ना लावे पुछे आके कमीनी उम्मत कोलों केड़े जुर्म चली दिया धीयां नूं दर्प दर्प शरीफ लोगो कदी ते काली रात मुकनी है उच्चा कारण कदी ते काली रात मुकनी है कदी ते ऐलान होवना है जहरा दा पुत्तर आ गया है कदी ते साडियां बेकफन लाशां दा हिसाब होवना है तेरे मेरे कतलां दा हिसाब होवना है ते रसूल दियां धीयां दे कतलां दा हिसाब नहीं होवना जरूर होवना है।
مجلس حسین ہووے مصائب ہووے پھر اس نالوں اعلیٰ مقام ہور کوئی نہیں دعا منگن دا ضرور دعا منگ لیا کرو آکھیا کرو مالک مدت گزر گئی بے وارساں وانگوں مٹیاں تے بہ کے رو رہے ہیں ساڈے واسطے نا